ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ। ਜੁਲਾਈ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜੁਲਾਈ ਇਨਟੇਕ ਦੇ ਵਿੱਚ ਰਿਫਿਊਜ਼ਲਸ ਥੋੜ੍ਹੇ ਜ਼ਿਆਦਾ ਰਹੇ, ਪਰ ਦੂਜੇ ਪਾਸੇ 10+2 ਜਿਹੜੇ ਵਿਦਿਆਰਥੀਆਂ ਨੇ ਕੀਤੀ ਹੈ ਉਹ ਬਹੁਤ ਸਾਰੇ ਵਿਦਿਆਰਥੀ ਜਿਹੜੇ ਉਹ ਅਪਲਾਈ ਨਹੀਂ ਕਰ ਸਕੇ ਆਸਟ੍ਰੇਲੀਆ ਖਾਸ ਤੌਰ 'ਤੇ। ਸੋ ਹੁਣ ਅਕਤੂਬਰ ਨਵੰਬਰ ਇਨਟੇਕ ਔਰ ਫੈਬਰਰੀ ਇਨਟੇਕ, ਇਹਦੇ ਵਿੱਚ ਉਹਨਾਂ ਵਿਦਿਆਰਥੀਆਂ ਲਈ ਕੀ ਆਪਸ਼ਨਸ ਨੇ, ਅੱਜ ਇਸ ਖਾਸ ਵਿਸ਼ੇ 'ਤੇ ਗੱਲ ਕਰਾਂਗੇ ਸੁਕਾਂਤ ਨੈਣ ਤ੍ਰਿਵੇਦੀ ਜੀ ਦੇ ਨਾਲ। ਮੈਂ ਤ੍ਰਿਵੇਦੀ ਓਵਰਸੀਜ਼ ਦੇ ਵਿੱਚ ਮੌਜੂਦ ਹਾਂ। ਤ੍ਰਿਵੇਦੀ ਸਾਹਿਬ ਬਹੁਤ ਬਹੁਤ ਸਵਾਗਤ। ਥੈਂਕ ਯੂ ਡੱਲਾ ਜੀ, ਐਂਡ ਸਤਿ ਸ਼੍ਰੀ ਅਕਾਲ ਦੋਸਤੋ, ਸਾਰਿਆਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਡੱਲਾ ਨੇ ਦੱਸਿਆ ਵੀ ਇਹ ਸਪੈਸ਼ਲ ਸ਼ੋਅ ਅਸੀਂ ਕਰ ਰਹੇ ਹਾਂ, ਜਿਹੜੇ ਸਟੂਡੈਂਟ ਸਾਡੇ 2019 ਦੇ 12ਵੀਂ ਵਾਲੇ ਬੱਚੇ ਨੇ ਜਿਹੜੇ ਕੁਝ ਕਾਰਨਾਵਸ਼ ਜੁਲਾਈ ਇਨਟੇਕ ਨਹੀਂ ਕਰ ਪਾਏ, ਬਿਕੋਜ਼ 12ਵੀਂ ਜਿਹੜੇ ਇਸ ਸਾਲ ਦੇ ਪਾਸ ਆਊਟ ਹੁੰਦੇ ਨੇ ਉਹਨਾਂ ਥੋੜ੍ਹਾ ਮੁਸ਼ਕਲ ਹੋ ਜਾਂਦਾ ਜੁਲਾਈ ਇਨਟੇਕ, ਥੋੜ੍ਹਾ ਰਿਜ਼ਲਟ ਲੇਟ ਆਉਂਦਾ, ਫਿਰ ਕਿਤੇ ਨਾ ਕਿਤੇ ਕੋਈ ਆਈਲਟਸ PT ਨਹੀਂ ਕੰਪਲੀਟ ਹੋਇਆ ਹੁੰਦਾ, ਕੋਈ ਸਰਟੀਫਿਕੇਟਸ ਆਉਣ 'ਚ ਟਾਈਮ ਲੱਗ ਜਾਂਦਾ। ਸੋ ਉਹਨਾਂ ਵਿੱਚ ਟਾਈਮ ਨਹੀਂ ਹੁੰਦਾ ਵੀ ਜੁਲਾਈ ਇਨਟੇਕ ਮਿਸ ਵੀ ਹੋ ਜਾਂਦਾ। ਹਾਲਾਂਕਿ ਜਿਹੜੇ ਬੱਚਿਆਂ ਨੇ, ਜਿਸ ਤਰ੍ਹਾਂ ਮੈਂ ਹਮੇਸ਼ਾ ਦੱਸਦਾ, ਮੈਨੂੰ ਫੋਲੋ ਕਰਕੇ ਪਲੈਨਿੰਗ ਕੀਤੀ ਸੀਗੀ, ਪ੍ਰੋਪਰਲੀ ਉਹ ਜੁਲਾਈ ਇਨਟੇਕ ਦੇ ਵਿੱਚ ਪਹੁੰਚ ਵੀ ਗਏ ਨੇ ਆਸਟ੍ਰੇਲੀਆ ਦੇ ਵਿੱਚ, ਡੂਇੰਗ ਇਟ ਸਕਸੈਸਫੁਲੀ। ਜਿਹੜੇ ਨਹੀਂ ਕਰ ਪਾਏ ਕੋਈ ਦਿੱਕਤ ਨਹੀਂ ਹੈਗੀ ਹੈ, ਅਕਤੂਬਰ ਨਵੰਬਰ ਇਨਟੇਕ, ਸਪਟੰਬਰ ਕੁਛ ਦੇ ਸਪਟੰਬਰ ਕਲਾਸਿਸ ਸਟਾਰਟ ਹੈ, ਮੇਨਲੀ ਅਕਤੂਬਰ ਔਰ ਨਵੰਬਰ ਦੇ ਵਿੱਚ ਹੈਗੀਆਂ। ਅੰਡਰ ਗ੍ਰੈਜੂਏਟ ਦੇ ਆਲਮੋਸਟ ਸਾਰੇ ਕਲਾਸਿਸ ਸਟਾਰਟ ਹੁੰਦੀਆਂ ਨੇ ਇਸ ਮਹੀਨੇ ਦੇ ਵਿੱਚ, ਔਰ ਤੁਸੀਂ ਇਹਦਾ ਫਾਇਦਾ ਲੈ ਕੇ ਆਪਣਾ ਟਾਈਮ ਫਰਦਰ ਵੇਸਟ ਕੀਤੇ ਬਿਨਾਂ ਆਸਟ੍ਰੇਲੀਆ 'ਚ ਆਪਣੀ ਅਗਲੀ ਪੜ੍ਹਾਈ ਸ਼ੁਰੂ ਕਰ ਸਕਦੇ ਹੋ। ਇਸ ਜੁਲਾਈ ਮਹੀਨੇ ਦੇ ਵਿੱਚ ਸਾਡੇ ਕੋਲ ਇੱਕ ਡੀਕਿਨ ਯੂਨੀਵਰਸਿਟੀ ਦਾ ਸੈਮੀਨਾਰ ਲੱਗ ਰਿਹਾ ਹੈਗਾ। ਡੀਕਿਨ ਯੂਨੀਵਰਸਿਟੀ ਤੋਂ ਆਫੀਸ਼ੀਅਲਸ ਆ ਰਹੇ ਨੇ ਹੈਗੇ, ਸ਼ਾਇਦ 15 ਜਾਂ 16 ਜੁਲਾਈ ਨੂੰ, ਮੈਂ ਤੁਹਾਨੂੰ ਅਪਡੇਟ ਕਰਾਂਗਾ ਉਹਦੇ ਬਾਰੇ ਵੀ। ਦੈਨ ਦ ਹੋਟਲ ਸਕੂਲ ਸਦਰਨ ਕ੍ਰੋਸ ਯੂਨੀਵਰਸਿਟੀ ਤੋਂ ਆ ਰਹੇ ਨੇ ਬੰਦੇ। ਸੋ ਇਸ ਮਹੀਨੇ ਦੇ 4-5 ਯੂਨੀਵਰਸਿਟੀਜ਼ ਮੇਰੇ ਕੋਲ ਵਿਜ਼ਿਟ ਵੀ ਕਰ ਰਹੀਆਂ ਤੁਹਾਡੇ ਆਫਿਸ 'ਚ? ਬਿਲਕੁਲ ਜੀ, ਸਟੂਡੈਂਟ ਤੁਹਾਡੇ ਆਫਿਸ ਵਿਜ਼ਿਟ ਬਿਲਕੁਲ ਆ ਸਕਦੇ ਨੇ ਜੀ। ਉਹਦਾ ਫਰਦਰ ਤੁਹਾਨੂੰ ਮੈਂ ਦੱਸਾਂਗਾ, ਯੂਟਿਊਬ ਦੇ ਉੱਪਰ ਵੀ, ਅਖਬਾਰਾਂ ਦੇ ਵਿੱਚ ਵੀ ਉਹਦਾ ਪੂਰਾ ਪ੍ਰਚਾਰ ਕਰਾਂਗੇ, ਦੱਸਾਂਗੇ, ਤਾਂ ਕਿ ਮੌਕੇ ਦਾ ਫਾਇਦਾ ਸਾਰੇ ਲੋਕ ਉਠਾ ਸਕਣ। ਸੋ ਇਹਨਾਂ ਯੂਨੀਵਰਸਿਟੀਜ਼ ਦੇ ਰਿਪ੍ਰਜੈਂਟੇਟਿਵਸ ਆਉਣਗੇ, ਤੁਸੀਂ ਆ ਕੇ ਉਹਨਾਂ ਨਾਲ ਗੱਲ ਕਰ ਸਕਦੇ ਹੋ, ਸਲਾਹ ਕਰ ਸਕਦੇ ਹੋ, ਆਪਣੇ ਫਰਦਰ ਜੋ ਜੋ ਕੁਐਸਚਨ ਦਿਮਾਗ ਦੇ ਵਿੱਚ ਹੈਗੇ, ਕਿਹੜਾ ਕੋਰਸ ਕਰਨਾ ਚਾਹੀਦਾ, ਉਹਦੇ ਬਾਰੇ ਡਿਸਕਸ ਕਰ ਸਕਦੇ ਹੋ। ਆਸਟ੍ਰੇਲੀਆ ਦਾ ਮੈਂ ਵਾਰ-ਵਾਰ ਤੁਹਾਨੂੰ ਕਹਿੰਦਾ ਰਿਹਾ, ਹੁਣ ਵੀ ਕਹਿ ਰਿਹਾ, ਫੋਕਸ ਕਰੋ ਵੀ ਆਪਾਂ ਰੀਜਨਲ ਏਰੀਆਜ਼ ਵਿੱਚ ਪੜ੍ਹਨ ਜਾਈਏ। ਹੁਣ ਰੀਜਨਲ ਏਰੀਆਜ਼ ਦੇ ਸਾਡੇ ਕੋਲ ਕੀ ਯੂਨੀਵਰਸਿਟੀਜ਼ ਹੈਗੀਆਂ ਨੇ, ਇਹਦੇ ਬਾਰੇ ਥੋੜ੍ਹਾ ਜਿਹਾ ਤੁਹਾਨੂੰ ਚਾਨਣਾ ਦਿੰਦਾ। ਇਸ ਤੋਂ ਪਹਿਲਾਂ ਡੱਲਾਈ ਦਾ ਇੱਕ ਹੋਰ ਸਵਾਲ ਸੀਗਾ, ਇਹ ਪੁੱਛ ਲੈਂਦੇ। ਬਿਲਕੁਲ ਤ੍ਰਿਵੇਦੀ ਸਾਹਿਬ, ਰੀਜਨਲ ਏਰੀਆ 'ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਉਹ ਵੀ ਠੀਕ ਹੈ, ਪਰ ਮੈਂ ਇਹ ਵੀ ਇੱਕ ਸਵਾਲ ਤੁਹਾਡੇ ਤੋਂ ਨਾਲ ਲੈਣਾ ਚਾਹੁੰਦਾ ਕਿ ਬਹੁਤ ਸਾਰੇ ਸਟੂਡੈਂਟ ਮੈਨੂੰ ਫੋਨ ਕਰ ਰਹੇ ਨੇ ਕਿ ਸਾਡੇ ਪਿਛਲੀ ਜਿਹੜਾ ਇਨਟੇਕ ਸੀ ਆਸਟ੍ਰੇਲੀਆ ਦੇ ਵਿੱਚ ਉਹਦੇ 'ਚ ਸਾਡਾ ਰਿਫਿਊਜ਼ਲ ਰਿਹਾ। ਸੋ ਹੁਣ ਕੀ ਉਹ ਵਿਦਿਆਰਥੀ ਵੀ ਰੀਜਨਲ ਏਰੀਆ 'ਚ ਦੁਬਾਰਾ ਅਪਲਾਈ ਕਰ ਸਕਦੇ ਨੇ? ਦੇਖੋ, ਡੈਫੀਨੇਟਲੀ ਜਿਹੜਾ ਜੁਲਾਈ ਇਨਟੇਕ ਸੀਗੀ, ਸਪੈਸ਼ਲੀ ਜਿਹੜੇ 2018 ਵਾਲੇ ਸਟੂਡੈਂਟ ਸਾਡੇ ਬੱਚੇ ਸੀਗੇ ਜਿਨ੍ਹਾਂ ਨੇ 2018 'ਚ 12ਵੀਂ ਕੀਤੀ ਹੈ, ਰਿਫਿਊਜ਼ਲ ਰੇਟ ਬਹੁਤ ਹਾਈ ਰਿਹਾ ਆਸਟ੍ਰੇਲੀਆ ਦਾ ਜੁਲਾਈ ਇਨਟੇਕ ਦੇ ਵਾਸਤੇ। ਸਾਡੀ ਕੰਪਨੀ ਦੇ ਵੀ ਉਹਦੇ 'ਚ ਕਾਫੀ ਰਿਫਿਊਜ਼ਲਸ ਆਏ ਨੇ ਜਿਨ੍ਹਾਂ ਦੀ 12ਵੀਂ 2018 ਦੀ ਸੀਗੀ, ਪਰਸੈਂਟੇਜ ਕਿਤੇ ਨਾ ਕਿਤੇ ਬਿਟਵੀਨ 55-70 ਸੀਗੀ। ਉਹਨਾਂ ਦੇ ਰਿਫਿਊਜ਼ਲਸ ਡੈਫੀਨੇਟਲੀ ਪੂਰੀ ਮਾਰਕੀਟ ਵਿੱਚ ਆਏ ਨੇ, ਕੋਈ ਮੰਨੇ ਜਾਂ ਨਾ ਮੰਨੇ, ਮੈਂ ਇਸ ਗੱਲ ਨੂੰ ਮੰਨਦਾ ਔਰ ਤੁਹਾਨੂੰ ਕਹਿ ਵੀ ਰਿਹਾ। ਉਹਨਾਂ ਵਾਸਤੇ ਅੱਗੇ ਕੀ ਜਗ੍ਹਾ ਹੈਗੀ ਆ? ਉਹ ਕਈ ਬੱਚੇ ਸਾਡੇ ਕੋਲ ਆਉਂਦੇ ਆ ਵੀ ਆਸਟ੍ਰੇਲੀਆ ਹੀ ਦੁਬਾਰਾ ਕਰਾ ਦਿਓ ਜੀ। ਉਹਨਾਂ ਨੂੰ ਦੁਬਾਰਾ ਆਸਟ੍ਰੇਲੀਆ ਅਪਲਾਈ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਹੜੀਆਂ ਅੱਛੀ ਯੂਨੀਵਰਸਿਟੀਜ਼ ਜਾਂ ਕਾਲਜਸ ਨੇ ਉਹ ਇੱਕ ਵਾਰੀ ਰਿਫਿਊਜ਼ਲ ਵਾਲਾ ਸਟੂਡੈਂਟ ਆ ਉਹਨੂੰ ਦੁਬਾਰਾ ਨਹੀਂ ਲੈਂਦੇ, ਉਹ GT ਨੋਨ ਕੰਪਲਾਇੰਟ ਹੋ ਜਾਂਦਾ। ਔਰ ਕਿਤੇ ਨਾ ਕਿਤੇ ਅੰਬੈਸੀ ਵੀ ਇਹੀ ਕਹਿੰਦੀ ਹੈ ਵੀ ਜੇ ਤੁਸੀਂ ਦੁਬਾਰਾ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਕੋਈ ਨਵੀਂ ਇਨਫੋਰਮੇਸ਼ਨ ਸ਼ੇਅਰ ਕਰਨ ਲਈ ਹੈਗੀ ਹੈ ਤਾਂ ਕਰੋ, ਨਹੀਂ ਤਾਂ ਦੁਬਾਰਾ ਅਪਲਾਈ ਨਾ ਕਰੋ। ਬਟ ਉਹਨਾਂ ਬੱਚਿਆਂ ਲਈ ਇਟਸ ਨੋਟ ਐਂਡ ਆਫ ਦਾ ਰੋਡ, ਕਿਤੇ ਨਾ ਕਿਤੇ ਉਹਨਾਂ ਨੂੰ ਮੈਂ ਇਹ ਸਲਾਹ ਦਿੰਦਾ ਹਮੇਸ਼ਾ ਵੀ 6 ਈਚ ਕਰੋ ਆਪਣਾ। ਕੈਨੇਡਾ ਦਾ ਵੀਜ਼ਾ 100% ਲੱਗੇਗਾ ਹੀ ਲੱਗੇਗਾ, ਕੋਈ ਦਿੱਕਤ ਨਹੀਂ ਹੈ। 100% ਤੋਂ ਮਤਲਬ ਮੈਂ ਗਰੰਟੀ ਸ਼ਬਦ ਦਾ ਵਰਤੋਂ ਨਹੀਂ ਕਰ ਰਿਹਾ, ਬਟ ਜੋ ਅਸੀਂ ਦੇਖ ਰਹੇ ਹਾਂ 6 ਈਚ ਨਾਲ ਕੈਨੇਡਾ ਦੇ ਵੀਜ਼ਾ 'ਚ ਕੋਈ ਦਿੱਕਤ ਨਹੀਂ ਆ ਰਹੀ। ਕੈਨੇਡਾ ਵੀਜ਼ਾ 'ਚ ਕੋਈ ਦਿੱਕਤ ਨਹੀਂ ਆ ਰਹੀ। ਉਸ ਤੋਂ ਇਲਾਵਾ ਇੱਕ ਹੋਰ ਬਹੁਤ ਵਧੀਆ ਕੰਟਰੀ ਜਿਹੜਾ ਸਾਹਮਣੇ ਆਇਆ ਜਿਹਦੇ 'ਚ ਵੀਜ਼ਾਸ ਬੜੇ ਅੱਛੇ ਲੱਗ ਰਹੇ ਨੇ ਸਟੂਡੈਂਟਸ ਦੀ, ਉੱਥੋਂ ਫੀਡਬੈਕ ਬੜੀ ਅੱਛੀ ਹੈ, ਉਹ ਜਰਮਨੀ ਹੈ। ਜਰਮਨੀ ਦੇ ਵਾਸਤੇ ਪ੍ਰੋਸੈਸ ਜ਼ਰੂਰ 3-4 ਮਹੀਨੇ ਦਾ ਹੈਗਾ, ਬਟ ਇਟ ਇਜ਼ ਅ ਵੈਰੀ ਗੁੱਡ ਕੰਟਰੀ, ਵਰਥਵਾਈਲ ਹੈਗਾ। ਫੀਸ ਬਜਟ ਦੇ ਵਿੱਚ ਹੈਗੀ ਹੈ, ਐਵਰੀਥਿੰਗ ਇਜ਼ ਫਾਈਨ। ਪੜ੍ਹਾਈ ਤੋਂ ਬਾਅਦ ਪੋਸਟ ਸਟੱਡੀ ਵਰਕ ਵੀਜ਼ਾ ਵੀ ਹੈਗਾ। ਹੁਣ ਵਾਪਸ ਮੁੱਦੇ 'ਤੇ ਆਉਂਦੇ ਹਾਂ, ਜਿਹੜਾ ਆਸਟ੍ਰੇਲੀਆ ਦੀ ਅਸੀਂ ਜਿਸ ਕਰਕੇ ਆ ਸ਼ੋਅ ਕਰ ਰਹੇ ਹਾਂ, ਇਹ ਤੁਹਾਨੂੰ ਦੱਸਿਆ ਵੀ ਜਿਨ੍ਹਾਂ ਦੇ ਰਿਫਿਊਜ਼ਲਸ ਆ ਗਏ 2018 ਵਾਲੇ ਬੱਚਿਆਂ ਦੇ, ਉਹ ਕੀ ਕਰਨ? ਹੁਣ ਜਿਹੜੀ ਅਕਤੂਬਰ ਇਨਟੇਕ ਹੈਗੀ ਹੈ ਉਹਨਾਂ ਵਾਸਤੇ ਸਟੂਡੈਂਟਸ ਨੂੰ ਹੁਣ ਤੋਂ ਹੀ ਪ੍ਰਿਪਰੇਸ਼ਨ ਕਰਨੀ ਪੈਣੀ ਹੈ। ਜੇ ਕਿਤੇ ਨਾ ਕਿਤੇ ਆਈਲਟਸ ਦੇ ਵਿੱਚੋਂ ਤੁਹਾਡੇ ਨੰਬਰ ਘੱਟ ਹੈ, ਪੂਰੇ ਨਹੀਂ ਹੋ ਰਹੇ ਹੈ, 15-20 ਦਿਨ ਦੀ ਤਿਆਰੀ ਦੇ ਵਿੱਚ ਵੀ ਕੈਨ ਗੈਟ ਯੂ PTE ਦੀ ਤਿਆਰੀ ਕਰਾ ਸਕਦੇ ਹਾਂ। PTE ਪੂਰੇ ਆਸਟ੍ਰੇਲੀਆ ਦੇ ਵਿੱਚ ਵੈਲਿਡ ਹੈਗਾ, ਸਟੂਡੈਂਟ ਵੀਜ਼ਾ ਦੇ ਵਾਸਤੇ, TR ਦੇ ਵਾਸਤੇ, PR ਦੇ ਵਾਸਤੇ, ਸਭ ਜਗ੍ਹਾ PTE ਇਜ਼ ਅ ਵੈਲਿਡ ਟੈਸਟ ਆਪਸ਼ਨ, ਔਰ ਬਹੁਤ ਵਧੀਆ ਆਪਸ਼ਨ ਵੀ ਹੈਗੀ ਹੈ। 25-27 ਲੱਖ ਰੁਪਏ ਦੀ ਸ਼ੋਅ ਮਨੀ ਹੈਗੀ ਹੈ ਆਸਟ੍ਰੇਲੀਆ ਦੇ ਵਿੱਚ। ਬਹੁਤ ਸਾਰੇ ਕਾਲਜਸ ਯੂਨੀਵਰਸਿਟੀਜ਼ ਪੁਰਾਣੇ ਸ਼ੋਅ ਮਨੀ ਨੂੰ ਲੈ ਕੇ ਚੱਲਦੇ ਨੇ, ਕੁਛ ਨਵੇਂ ਨੂੰ ਵੀ ਲੈ ਕੇ ਚੱਲਦੇ ਨੇ, ਸੋ ਦੈਟ ਵੀ ਕੈਨ ਆਲਵੇਜ਼
मेरी तुहानू इत्थे सलाह एक ही है भी नकली वाले पासे नहीं चलो। मार्केट दे फाइनेंसर्स बैठे ने जिहड़े तुहाड़ी थां ते फंड शो कर देंदे ने, नकली FDIs बना देंदे ने, तुहाडे नकली पेरेंट्स या ग्रैंड पेरेंट्स बना देंगे। इहो जिहा काम प्लीज़ बिल्कुल ना करो। अपने प्रदेश का अपने देश का नाम बदनाम ना करो। अगे ही पंजाब की एप्लीकेशन एम्बैसी जी है शक की निगाह नाल देखती भी है। एवरेज स्टूडेंट है ना पंजाब का, उन्होंने आस्ट्रेलिया वाले वीज़ा देने लगे 10 वारी सोचते हैं। वही स्टूडेंट जो पासपोर्ट लैके बैठा यूपी का, राजस्थान का, या साउथ इंडिया का, या ईस्ट इंडिया का, एक मिनट नहीं लगता था वीज़ा देने। सो मैं तो यही कोशिश करना कि ना कि अपनी छवि सुधारी जाए। वह कि सुधरेगी? अच्छे तरीके की एप्लीकेशन पा के, साफ सुथरा काम करके, अच्छा काम करके ही वह छवि सुधरेगी। और कितना कि स्टूडेंट्स वो एक बहुत वड्डा रोल प्ले करोगे। इंपॉर्टेंट टाइम हैगा अक्टूबर नवंबर इनटेक वाले लिए। कुछ कोर्सेज जिहड़े वड्डे वड्डे कोर्सेज स्पेशली मास्टर्स ने वो स्टार्ट होंदे जाके हुण फरवरी दे विच, उहनां दे भी प्रोसेसेस होने शुरू हो जाने क्योंकि जुलाई इनटेक होर हफ्ते 10 दिन तक कॉलेजेस यूनिवर्सिटीज फ्री हो जाएंगे, उस तो अगले इनटेक की प्रोसैसिंग शुरू हो जाएगी। टाइम सिर जो आप सारे काम करते हैं ना, सारे काम वधिया और ठीक ठाक होंगे। बिल्कुल ठीक है। जिहड़े लेटेस्ट पास आउट ने त्रिवेदी साहब, वो अक्टूबर नवंबर से फोकस रखन या फरवरी इनटेक? प्लस टू वाले वास्ते अक्टूबर नवंबर इनटेक एक मेजर इनटेक के रूप में सामने आया पिछले कुछ सालों तो। और 2019 वाले जो स्टूडेंट्स है वो जरूर अक्टूबर नवंबर इनटेक की अपनी प्रोसैसिंग कर सकते हैं। पर उदे नाल नाल एक होर बहुत इंपॉर्टेंट सुझाव तुहानू लोगों को हमेशा कहना, इत्थे अपनी एडमिशन जरूर कराओ। चाहे तुसीं अक्टूबर इनटेक जा रहे हो, चाहे फरवरी इनटेक जा रहे हो, इंडिया दे विच अपनी एडमिशन जरूर कराओ। जरूर तो भाव हैगा, दैट इज़ कंपलसरी। जे मेरे वालों पूछ रहे हो कंपलसरी है, वो उत्ते कोई कंप्रोमाइज़ नहीं, जरूर अपनी एडमिशन कराओ। बिल्कुल एडमिशन उन्होंने करानी चाहिए। अगर फरवरी इनटेक लिए किहड़े स्टूडेंट फोकस करो? जो कुछ स्पैशलाइज्ड कोर्सेज ने जिदा साढ़े को सदर्न क्रॉस यूनिवर्सिटी हैगी है, वो मास्टर्स ऑफ फॉरैसट मैनेजमेंट, माइक्रोबायोलॉजी, प्लेंटी ऑफ अदर स्पैशलाइज्ड कोर्सेज, नीश कोर्सेज है जोड़े, उन्होंने इनटेक शुरू होंगी जाके फरवरी के। उन्हों की अक्टूबर नवंबर इनटेक विच नहीं हैगी। जेम्स कुक यूनिवर्सिटी मेरे को हैगी है जिते MBA, MIT है, MITHM है, MPA हैगी है, वो दी नवंबर इनटेक हैगी है। बट मेजर जड़ियाँ वड्डियाँ यूनिवर्सिटीज है काफ़ी सारिया, दे डोंट रन एन अक्टूबर नवंबर इनटेक फॉर मास्टर्स, वो फरवरी इनटेक करते हैं। उन्होंने भी अपनी प्रपरेशन स्टूडेंट्स को जुलाई शुरू कर देनी चाहिए है, स्पैशली जोड़े स्टूडेंट्स ओवरऑल तो 6.5 लैके बैठे हैं, एक बैंड स्कोर 5.5 हैगा, उन्होंने एक गोल्डन अपरचुनिटी हैगी भी 15-20 दिन महीना लगा के PT च अपना स्कोर अच्छा करन। एक तो दे डायरैक्टली क्वालीफाई फॉर एडमिशन इन टू मास्टर्स, सैकेंडली कोई ना कोई स्कॉलरशिप्स बन जाए ने, थर्डली एंड मोस्ट इंपॉर्टेंटली वीज़ा चांसिस बहुत ब्राइट हो जाते हैं, बहुत ब्राइट हो जाते हैं। एक गल तुसी भुल के दसनी, वो जरूर दस दियो, रीजनल एरियाज़ तुसी कहा सी कि तुहाडे कोले बहुत अच्छी यूनिवर्सिटीज़ ने, रीजनल एरियाज़ दे विच त्रिवेदी साहब कड़िया अच्छी यूनिवर्सिटीज़ ने जिन्हां लई स्टूडेंट हुण फोकस करन अक्टूबर नवंबर और फरवरी लई? जी रीजनल दे साडे कोल देखो जी टोरेंस यूनिवर्सिटी हैगी है जिहदा कैंपस एडिलेड दे विच हैगा, ब्रिस्बेन मेलबर्न भी कैंपस है बट एडिलेड रीजनल एरिया है। कैपलन बिजनेस स्कूल हैगा एडलेड, अगेन यदा कैंपस हैगा। यूनिवर्सिटी ऑफ साउथ आस्ट्रेलिया एडलेड कैंपस है। चार्ल्स स्टर्ट यूनिवर्सिटी के रीजनल एरिया कैंपसिस ने, कैनबरा दे विच उहदा रीजनल एरिया कैंपस हैगा, प्लस ऑरेंज एक एरिया हैगा सिडनी दे कोल, उहदे च उहदा रीजनल कैंपस हैगा। इस तो अलावा डिकिन यूनिवर्सिटी का जिलोंग जिहड़ा कि बिल्कुल मेलबर्न के नाल ही है, जिस तरह दिल्ली नोएडा या चंडीगढ़ मोहाली है उस तरह जिलोंग हैगा मेलबर्न के नाल, उहदा उत्थे रीजनल एरिया कैंपस हैगा। सदरन क्रॉस यूनिवर्सिटी का लिसमोर और कॉफ सार्बर विच रीजनल एरिया कैंपस हैगा। जेम्स कुक यूनिवर्सिटी का केन्स और टाउनविल दे विच रीजनल एरिया कैंपस हैगा। इन्हां सारियां टॉप क्लास यूनिवर्सिटीज़ दे विच तुसीं दाखला लैके ते रीजनल एरिया दे बेनीफिट्स जरूर लै सकदे। चलो बहुत बहुत धन्यवाद त्रिवेदी साहब, बहुत अच्छी इनफॉर्मेशनस ने मैंने लगता स्टूडेंट्स डिलीवर हुई ने। सो किसी भी जानकारी लिए टैलीविजन की स्क्रीन पर नंबर है, तुसी तुरंत त्रिवेदी साहब नू फोन कर सकते हो। त्रिवेदी साहब तुसी किन्ना समा विद्यार्थियों दिंदे हो जो परसनली सलाह ली आउंदे? मेरी कोशिश ते है मिलन की कोई फीस नहीं है जी, और मेरी कोशिश होंगी है भी जो भी आया है परसनली जरूर मिला, और समय का बंधन नहीं होंगे जब तक तुहाडी क्वेरी रिजोल्व नहीं हो रही है, आई एम ऑलवेज देयर फॉर यू। तो डेफिनेटली अपॉइंटमेंट लैके आके मिलो, वधिया लगता, मैनू बहुत अच्छा लगता जो मैनू आके तुसी लोग मिलते हो। सो मिलते हैं जी दोबारा जल्दी साडे ऑफिस दे विच, उदों तक लई थैंक यू वेरी मच, सी यू अगेन। थैंक यू सो मच।